ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਨ ਜੀ ਆਨ ਪੰਜਾਬ ਚ ਇੱਥੇ ਨਹਿਰ ਚ ਡਿੱਗੀ ਕਾਰ ਜਿਹਾ ਤਾਜ਼ਾ ਵੱਡੀ ਖਬਰ ਤੇ ਸਭ ਦੇ ਉੱਡੇ ਹੋਸ਼ ਮੌਕੇ ਤੇ ਮੌਜੂਦ ਕਰ ਰਹੇ ਨੇ ਬਚਾਅ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤੋ ਆ ਲਾਈਕ ਐਂਡ ਸ਼ੇਅਰ ਵੀ ਕਰ ਦੇ ਲਮ ਹਾਂਜੀ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰੂਪਨਗਰ ਤੋਂ ਸਾਹਮਣੇ ਦਿੱਤੇ ਰੂਪਨਗਰ ਚੰਡੀਗੜ੍ਹ ਮਾਰਗ ਦੇ ਹੇਠਾਂ ਲਗਦੇ ਇੱਕ ਪਾਕੜਾ ਨਹਿਰ ਦੇ ਵਿੱਚ ਇੱਕ ਕਾਰ ਡਿੱਗਣ ਦੀ ਘਟਨਾ ਤੋਂ ਬਾਅਦ ਗੋਤਾਖੋਰਾਂ ਵੱਲੋਂ ਉਸ ਕਾਰ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਸ ਵੱਲੋਂ ਗੱਡੀ ਦਾ ਸ਼ੀਸ਼ਾ ਹੀ ਨਹੀਂ ਖੋਲਿਆ ਗਿਆ ਇਸ ਘਟਨਾ ਤੇ ਮੌਕੇ ਦੇ ਗਵਾਹ ਗੋਤਾਖੋਰ सुरेश ਕੁਮਾਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਦੋਂ ਸਵੇਰੇ 6 ਵਜੇ ਦੇ ਕਰੀਬ ਨਜ਼ਦੀਕ ਕੋਮ ਰਹੇ ਸੀ ਤਾਂ ਉਸ ਸਮੇਂ ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰ ਕੇ ਉਹਨਾਂ ਨੇ ਆਪਣਾ ਬਚਾਅ ਕੀਤਾ ਜੀ ਹਾਂ ਕਾਰ ਤੇਜ਼ ਨਾਲ ਲੱਗੇ ਜਾ ਕੇ ਕੱਚੀ ਪगडंडी ਤੇ ਜਾਂਦੇ ਹੋਏ ਕਾਰ ਚਾਲਕ ਵੱਲੋਂ ਨਹਿਰ 'ਚ ਸੁੱਟ ਦਿੱਤੀ ਗਈ ਦੱਸਿਆ ਗਿਆ ਇਸ ਕਾਰ ਵਿੱਚ ਇੱਕ ਕਾਰ ਚਾਲਕ ਸਵਾਰ ਸੀ ਤੇ ਜੀ ਹਾਂ ਇਸ ਘਟਨਾ ਦੀ ਵੀਡੀਓ ਗੋਤਾਖੋਰਾ ਵੱਲੋਂ ਬਣਾਈ ਗਈ ਅਤੇ ਪੁਲਿਸ ਵੱਲੋਂ ਤੁਰੰਤ ਇਸ ਬਾਰੇ ਸੂਚਿਤ ਕੀਤਾ ਗਿਆ ਤੇ ਦੱਸਿਆ ਗਿਆ ਕਿ ਮੁਹਾਲੀ ਜ਼ਿਲ੍ਹੇ ਦੇ ਦਸਤੀ ਜਾ ਰਹੀ ਹੈ ਕਾਰ ਤੇ ਟੱਬਰ ਤੋਂ ਪਹਿਲਾਂ ਕੋਤਾ ਕੋਰਾ ਹੁਣ ਸੁਭਸ਼ੋਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੁਲਿਸ ਵਾਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਖਬਰਾਂ ਅੰਤ ਤੱਕ ਦੇਖਣ ਲਈ ਬੜਾ ਬਹੁਤ